ਤੇਰਾ ਘਰ ਹੈ ਦੇਖੋ ਕਿਹੜਾ ਇਸ ਪਿੰਡ ਚ ਆਖੇ ਲੈ ਵੀ ਬੀਬੋ ਦਾ ਘਰ ਨਹੀਂ ਹੈਗਾ ਘਰ ਨਾਮ ਦਾ ਘਰ ਨਹੀਂ ਹੈਗਾ बस मैं आदे दुश्मन ना मन आदे पेट च रखा है आदा दुध सीने का पिया है अज मेरा दुश्मन बना बैठा है मेरे पर चकटाई आ उतों के दुख बड़े होंगे ने जे दुख देने लग पा मावं तो प्यो तो कारे नहीं जाते ये प्यो के गल प्यो मोढ़ा तोड़ता प्यो का मर गया आका मेरे घर सब जायदाद मेरे घर आले दी ये तो वीं हालों में निकला करो सब जायदाद मेरी जो मैं भांडा छन्ना जो मेरे बेड मेरे एसी जनरेटर इनवर्टर सारे मेरे पति दे बने हुए ने हाथ दे पुलिस धमकिया दी जाती है पुलिस आती है सानू पैसे दो जाके परचा खारिज नहीं करना बेच नजायज पिंडी वाले दो मुंडे कुड़ी तो मुंडा रख दिते कुड़ी तो मुंडा हो गए ने पिंडी दे उन्होंने बेच नजायज रख ਕੀ ਨਾਮ ਤੁਹਾਡਾ ਮੇਰਾ ਨਾਮ ਜੀ ਬੀਬੋ ਰਾਣੀ ਬੋ ਕਿੱਥੋਂ ਦੇ ਰਹਿਣ ਵਾਲੇ ਜੀ ਮੈਂ ਮੋਣ ਕਤਾੜ ਦੇ ਰਹਿਣ ਵਾਲੀ ਹਾਂ ਜੀ ਤੇ ਜਿਹੜਾ ਪਰਚਾ ਹੋਇਆ ਤੁਹਾਡੇ ਤੇ ਇਹਦੇ ਬਾਰੇ ਕੀ ਕਹਿਣਾ ਤੁਹਾਡਾ ਇਹਦੇ ਕਹਿਣਾ ਜੀ ਮੈਂ ਮੇਰੇ ਝੂਠਾ ਬਿਲਕੁਲ ਪਰਚਾ ਝੂਠਾ ਕੱਟਾਂ ਘਰ ਮੇਰਾ ਏ ਘਰ ਮੇਰਾ ਮੈਂ ਵਿਧਵਾ ਆ ਪਤੀ ਮੇਰਾ ਮਰ ਚੁੱਕਾ ਏ ਤੇ ਮੇਰੇ ਮੈਂ ਵਿਧਵਾ ਆ ਤੇ ਮੈਂ ਘਰ ਬਾਰ ਮੇਰਾ ਏ ਜਾਇਦਾਦ ਮੇਰੇ ਨਾਂ ਕਰਾ ਗਿਆ ਏ ਘਰ ਦੀ ਥਾਂ ਵੀ ਮੇਰੇ ਨਾਂ ਕਰਾ ਗਿਆ ਏ ਇਹਨਾਂ ਉਲਟਾ ਪਰਚਾ ਮੇਰੇ ਮੁੰਡੇ ਨੇ ਆਖਿਆ ਵੀ ਮੇਰੀ ਥਾਂ ਏ ਮੇਰਾ ਪੁਲਿਸ ਨੇ ਮੇਰੇ ਤੇ ਪਰਚਾ ਕੱਟਤਾ ਮੁੰਡੇ ਨੇ ਕਰਾਇਆ ਤੁਹਾਡੇ ਤੇ ਪਰਚਾ ਮੁੰਡੇ ਨੇ ਪੁਲਿਸ ਨਾਲ ਰਲ ਤੇ ਪੁਲਿਸ ਪੈਸੇ ਖਾਦੀ ਬੈਠੀ ਨੇ ਪੈਂਟ ਕਰਾਇਆ ਕਿਸ ਤਰ੍ਹਾਂ ਪਾਲਿਆ ਤੇ ਕੀ ਅੱਜ ਕਰਾ ਰਿਹਾ ਮੁੰਡੇ ਨੇ ਬਸ ਮੈਂ ਆਦੇ ਦੁਸ਼ਮਣ ਨੂੰ ਨਾ ਮੰਨਿਆ ਆਦੇ ਪੇਟ ਚ ਰੱਖਾ ਏ ਆਦਾ ਦੁੱਧ ਸੀਨੇ ਦਾ ਪਿਆਇਆ ਤੇ ਅੱਜ ਮੇਰਾ ਦੁਸ਼ਮਣ ਬਣਾ ਬੈਠਾ ਮੇਰੇ ਪਰਚੇ ਕਟਾਈ ਆਂਦਾ ਪੁੱਤ ਤਾਂ ਕੀ ਕਹਾਣੀ ਕਹਿੰਦੇ ਪੁੱਤ ਕਹਿੰਦੇ ਵਾਕਿਆ ਕਹਿੰਦੇ ਨੇ ਪੁੱਤ ਜੁਆਈ ਕਰੀ ਮੈਂ ਤਾਂ ਨਹੀਂ ਪੁੱਤ ਜੰਮਾ ਨਹੀਂ ਨਾ ਪੁੱਤ ਨਾ ਕਿਸੇ ਦੇ ਘਰੇ ਰੱਬ ਦੁਸ਼ਮਣ ਦੇ ਘਰੇ ਪੁੱਤ ਨਾ ਦੇਵੇ ਪੁੱਤਾਂ ਦੇ ਦੁੱਖ ਬੜੇ ਹੁੰਦੇ ਨੇ ਜੇ ਦੁੱਖ ਦੇਣ ਲੱਗ ਪੈਣਾ ਮਾਵਾਂ ਤੇ ਪਿਓ ਤੋਂ ਘਾਰੇ ਨਹੀਂ ਜਾਂਦੇ ਇਹ ਪਿਓ ਦੇ ਗਲ ਪਿਓ ਦਾ ਮੋਢਾ ਤੋੜਤਾ ਪਿਓ ਦਾ ਮਰ ਗਿਆ ਇਹ ਪਿਓ ਮੁੰਡੇ ਨੇ ਕੀਤਾ ਸੀ ਆ ਮੁੰਡੇ ਨੇ ਮੁੰਡੇ ਦਾ ਉਹਦੇ ਨਾਲ ਵੀ ਕੁੱਟ ਮਾਰ ਕਰਦਾ ਉਹਦੇ ਨਾਲ ਕੁੱਟ ਮਾਰ ਪਹਿਲੋ ਲਾਈ ਸਾਡੇ ਨਾਲ ਕੁੱਟ ਮਾਰ ਕਰਦਾ ਹੁੰਦਾ ਕਰਦਾ ਮੇਰੇ ਕੰਨਾਂ ਦੀ ਵਾਲ ਗੱਲ ਆ ਟੀਚਰ ਜੀ ਸਰਕਾਰੀ ਇੱਥੇ ਲੱਗਾ ਆਪਣੇ ਦਾਰਾਪੁਰ ਚ ਤਲਵੰਡੀ ਰਹਿੰਦਾ ਏ 20 ਸਾਲ ਹੋ ਗਏ ਨੇ ਘਰੋਂ ਨਿਕਲੇ ਨੂੰ ਬੇਦਖਲ ਕੀਤਾ ਪਿਓ ਨੇ 20 ਸਾਲ ਦਾ ਸਾਨੂੰ ਕੁੱਟ ਮਾਰ ਸਾਨੂੰ ਕਰਦਾ ਹੀ ਆਉਂਦਾ ਏ ਇਹਦਾ ਵਿਆਹ ਕੀਤਾ ਉਹ ਛੱਡਤੀ ਦੂਜੀ ਬੁੜੀ ਲੈ ਜਾਂਦੀ ਆਪਦੇ ਆਪੇ ਉਹ ਕਿਸੇ ਦੀ ਪਤਾ ਨਹੀਂ ਕਿੰਨਾ ਦੀ ਲੈ ਆਇਆ ਕੱਢ ਕੇ ਲੈ ਆਇਆ ਹੁਣ ਤੁਸੀਂ ਕਿਸ ਤਰ੍ਹਾਂ ਇਹ ਠੋਕਰਾਂ ਖਾ ਰਹੇ ਮੈਂ ਪੁੱਤ ਦਰਦਰ ਦੀ ਠੋਕਰਾਂ ਖਾਂਦੀ ਫਿਰ ਰਹੀ ਮੇਰੀ ਧੀ ਸੰਭਾਲ ਹੁਣ ਮੈਨੂੰ ਉਹ ਲੈ ਗਈ ਏ ਆ 4 ਦਿਨ ਵਾਸਤੇ ਮੈਂ ਗਈ ਹਾਂ ਕੁੜੀ ਕੋਲੇ ਇਹਨਾਂ ਕਬਜ਼ਾ ਮੇਰੇ ਘਰ ਤੇ ਕਰ ਲਿਆ ਮੇਰੇ ਘਰ ਤੇ ਮੇਰੀ ਜਾਇਦਾਦ ਤੇ ਖਾਰੀ ਤੇ ਜੀ ਕਬਜ਼ਾ ਕਰਤੇ ਮੇਰੇ ਖਮਾਨ ਸਾਰਾ ਚੁੱਕ ਤੇ ਲੈ ਗਏ ਨੇ ਤਿੰਨੇ ਭੈਣ ਭਰਾ ਇੱਕ ਨਿਰਮਲ ਸੋਨੀਆਂ ਇਹ ਫਲਕਣ ਸੁਨੀਤਾ ਸੁਨੀਤਾ ਮੇਰੀ ਨੋਏ ਇਹ ਚਾਰੇ ਆਏ ਨੇ ਮੇਰਾ ਸਮਾਨ ਚੁੱਕ ਤੇ ਉਲਟਾ ਪਰਚਾ ਮੇਰੇ ਤੇ ਮੋਟਰਾਂ ਤਿੱਕਰ ਇੰਨਾ ਮੇਰੇ ਜਿਹੜੀ ਘਰ ਦੀ ਮੱਛੀ ਮੋਟਰ ਉਹ ਵੀ ਪੱਟ ਤੇ ਲੈ ਗਏ ਨੇ ਟੂਟੀਆਂ ਤੱਕ ਹਰੀ ਚੀਜ਼ ਪੱਟ ਤੇ ਲੈ ਗਏ ਨੇ ਘਰ ਵਾਲੇ ਨੇ ਬਣਾਈ ਆਹ ਮੇਰੇ ਘਰ ਸਭ ਜਾਇਦਾਦ ਮੇਰੇ ਘਰ ਵਾਲੇ ਦੀ ਇਹ ਤਾਂ ਵੀਹਾਂ ਹਾਲਾਂ ਦਾ ਨਿਕਲਾ ਕਰੋ ਸਭ ਜਾਇਦਾਦ ਮੇਰੀ ਜੋ ਮੈਂ ਭਾਂਡਾ ਛੰਨਾ ਜੋ ਮੇਰੇ ਬੈੱਡ ਮੇਰੇ ਏਸੀ ਜਨਰੇਟਰ ਇਨਵਰਟਰ ਸਾਰੇ ਮੇਰੇ ਪਤੀ ਦੇ ਬਣੇ ਹੋਏ ਨੇ ਹੱਥ ਦੇ पैसे दो जाके परचा खारिज नहीं करना बेच नजायज पिंडी वाले दो मुंडे कुड़ी तो मुंडा रख दिते कुड़ी तो मुंडा हो गए ने पिंडी दे उन्होंने बेच नजायज रखता ने ਤੱਕੇ ਨਾ ਪੁਲਿਸ ਸਭ ਕੰਮ ਸਾਡੇ ਤੇ ਤੱਕੇ ਨਾ ਕਰ ਰਹੀ ਪੁਲਿਸ ਜਿਹਨੂੰ ਮੈਂ ਕਲਨੀ ਆ ਕੋਈ ਬੰਦਾ ਕਲਨੀ ਆ ਛਪਾਰ ਚ ਉਹਨੂੰ ਪੁਲਿਸ ਕੋ ਧਮਕਿਆ ਦੇ ਤੇ ਉਹ ਵਿਚਾਰਾ ਜਿਹੜੇ ਆਉਂਦੇ ਨੇ ਕੱਲ ਗਏ ਪਰਸੋਂ ਗਏ ਨੇ ਪਿੰਡੀ ਦੇ ਮੈਂਬਰ ਸਰਪੰਚ ਉਹਨਾਂ ਨੂੰ ਧਮਕਿਆ ਦਿੱਤੀਆਂ ਨੇ ਨਾਲ ਪ੍ਰਧਾਨ ਗਈ ਧਮਕਿਆ ਦਿੱਤੀਆਂ ਨੇ ਉਹ ਵਿਚਾਰੇ ਆਉਂਦੇ ਨੇ ਸਾਡੇ ਉੱਧਰ ਮੂੰਹ ਨਹੀਂ ਕਰਨਾ ਆਪਾਂ ਜ਼ਬਾਨਤਾ ਕਰਾ ਲਈਏ ਜੇ ਜ਼ਬਾਨਤਾ ਦਾ ਨਾਂ ਹੀ ਲਿਆਏ ਤੇ ਜਿਹੜਾ ਗੁਰਦੇਵ ਏ ਉਹ ਆਂਦਾ ਤੁਹਾਡੇ ਮਾਵਾਂ ਤੇ ਅਸੀਂ ਜ਼ਬਾਨਤ ਨਹੀਂ ਮੰਨ ਦੇਣੀ ਅਸੀਂ ਰਿਮਾਂਡ ਲੈ ਲਾਂਦੇ ਗੁਰਦੇਵ ਕੌਣ ਇਹ ਛੋਟਾ ਹੈ ਸੱਚੇ ਮਾਵਾਂ ਤੇ ਪਰਚੇ ਕੱਟੀ ਜਾਂਦੇ ਨੇ
ठोकरां दर दर दी मामा खांदी फिरदे ने। भगवंत मान दे घर देते पुलिस नूं, पुलिस नजायज परचे कट्टी जांदी है। चादर विच खलारी बैठे ने, पैसे सट्टो ते टोडा इंसाफ दिया दे, नहीं तां नहीं टोडे परचा कट दिया दे। परचे झूठे मावा ते कट करते घर मेरा जायदाद मेरी पति मेरे ना करा गए ते मेरे ते झूठा परचा मेरी धी ने मैनू संभाल संभाल मेरी करदी पी गए उन्दे ते परचा फौजी ते परचा बलात कर दा। पुलिस ने आखा है भी फौजी भी होना तैयारी रखे। फौजी मेरा जवाई है, फौजी दे घर वाला मेरी कुड़ी दे घर उन्दे ते आंदा तैयारी रखे फौजी भी। फौजी दी आमदी डेरे परचा कट्टा पे बलात कर दा। उन्हें गड्डी तोड़ती कुड़ी ने मेरी ने छोटी ने झूठा परचा बिलकुल जी झूठा परचा हाडा पैरी का रौला ही। हम मेरी मंग है भी मैनू इंसाफ दवाना चाहिए सरकार नू, ये परचे नू कैंसल करना चाहिए। झूठा परचा है बिलकुल झूठा परचा। फड़कन सहु चक ते आखदे वे फड़कन ते रहिंदा है 20 साल हो गए ने इहनू निकले नू करूं। अज करे मेरे कब्जा धक्के नाल पुलिस करा रही है। पुलिस ने कब्जा कराया मेरे मुंडे तू आ मेरा समान इत्थे पिया है। मेरी माँ चोरी कर लगी है, कदे मावां ने भी चोरियां कीतियां बहुत था चोरी करन थां मेरी जगह मेरी टूट गया तक मेरा पति मेरे ना रसीद करते गए टूट गया तक घर बार दी फिर भी चोरी दा तुहाडे ते फिर भी मेरे चोरी पर पुलिस ने कर दिता। उहदे विच फलकन पुत्तर गुरनाम ਇਹ ਨਾ ਦੋਨਾਂ ਭਰਾ ਭੈਣ ਭਰਾਵਾਂ ਦਾ ਕਾਫੀ ਦੇਰ ਦਾ ਡਿਸਪਿਊਟ ਚੱਲ ਰਿਹਾ ਜਾਇਦਾਦ ਨੂੰ ਲੈ ਕੇ। ਇਹ ਐਜੂਕੇਸ਼ਨ ਮਹਿਕਮੇ ਦੇ ਵਿੱਚ ਬਤੌਰ ਟੀਚਰ ਇਹ ਜੋਬ ਕਰਦਾ ਤਲਵੰਡੀ ਭਾਈ। ਇਹਦਾ ਜਿਹੜਾ ਮਕਾਨ ਇਹ ਸਿਆ ਸੀ ਉਹਦੇ ਵਿੱਚੋਂ ਇਹਨੂੰ ਜਿਹੜਾ ਦਾਜ ਦੇ ਵਿੱਚ ਸਮਾਨ ਕੁਛ ਇਹਨੇ ਆਪ ਖਰੀਦਿਆ ਸੀਗਾ ਜਿਵੇਂ ਏਸੀ ਹੋ ਗਿਆ ਇਨਵੈਟਰ ਹੋਰ ਜਿਹੜਾ ਘਰੇਲੂ ਸਮਾਨ ਸੀ ਉਹਦੇ ਵਿੱਚ ਇਹ ਕਹਿੰਦਾ ਵੀ ਮੇਰੀ ਸਿਸਟਰ ਨੇ ਕੋਈ ਬੰਦਿਆਂ ਨੂੰ ਲੈ ਕੇ ਉਹ ਮੇਰਾ ਸਮਾਨ ਆ ਜਿਹੜਾ ਉਹ ਚੋਰੀ ਕਰਵਾ ਦਿੱਤਾ। ਉਹਦੇ ਸੰਬੰਧੀ ਅਸੀਂ FIR ਦਰਜ ਕੀਤੀ ਆ, ਅਗਲੀ ਜਿਹੜੀ ਤਫਤੀਸ਼ ਆ ਉਹ ਜਾਰੀ ਆ। ਜੀ ਆਪਣੇ ਮਾਂ ਦੇ ਕਰਵਾਈ ਸਰ ਇਹਨੇ ਐਫਆਈਆਰ ਇਹਨੇ ਹਾਂ ਮਾਂ ਦਾ ਵੀ ਮਦਰ ਦਾ ਵੀ ਨਾਂ ਇਹਨੇ ਲਿਖਵਾਇਆ, ਬਾਕੀ ਅਸੀਂ ਉਹ ਸਾਰੀ ਇਨਵੈਸਟੀਗੇਸ਼ਨ ਕਰ ਰਹੇ ਹਾਂ। FIR ਦਰਜ ਕਰਤੀ ਆ, ਅਗਲੀ ਜਿਹੜੀ ਹੈਗੀ ਅਸੀਂ ਉਹ ਇਨਵੈਸਟੀਗੇਸ਼ਨ ਕਰ ਰਹੇ ਹਾਂ ਵੀ ਕੀ ਮਾਂ ਦਾ ਵਾਕਿਆ ਰੋਲ ਸੀ ਜਾਂ ਨਹੀਂ ਸੀ ਇਹ ਅਸੀਂ ਵੈਰੀਫਾਈ ਕਰ ਰਹੇ ਹਾਂ। ਹੁਣ ਪਰਿਵਾਰ ਨੇ ਕਹਿ ਰਹੇ ਨੇ ਜੀ ਮਾਂ ਕਹਿ ਰਹੀ ਮੇਰੇ ਤੇ ਝੂਠਾ, ਮੇਰੇ ਤੇ ਸਮਾਨ ਤੇ ਧੋਖਾ, ਮੇਰਾ ਆਪਣਾ ਸਮਾਨ ਸੀ। ਨਹੀਂ ਨਹੀਂ ਇਹਦਾ ਖਰੀਦੋ ਇਹਦਾ ਸਮਾਨ ਤਾਂ ਇਹਦਾ ਹੀ ਸੀਗਾ ਖਰੀਦਿਆ ਸੀ ਜਿਹੜਾ ਦੱਸਿਆ। ਅਗਲੀ ਹੁਣ ਤਫਤੀਸ਼ ਜਾਰੀ ਆ, ਜਿਹੜੇ ਵੀ ਤੱਥ ਆਉਣਗੇ ਉਹ ਦੱਸਾਂਗੇ। ਤਫਤੀਸ਼ ਜਾਰੀ ਆ ਜੀ, ਤਫਤੀਸ਼ ਕਰ ਰਹੇ ਹਾਂ ਵੀ ਮਦਰ ਨੇ ਕੀਤਾ ਜਾਂ ਇਹਦੀ ਸਿਸਟਰ ਨੇ ਕੀਤਾ, ਕੁਛ ਨੇ ਹੋਰ ਵੀ ਬੰਦਿਆਂ ਦੇ ਨਾਂ ਲਿਖਾਏ ਆ ਉਹਦੇ ਵਿੱਚ ਅਸੀਂ ਹੁਣ ਤਫਤੀਸ਼ ਕਰ ਰਹੇ ਹਾਂ। ਇੱਕ ਇਹਨਾਂ ਨੇ ਪਹਿਲਾਂ ਵੀ ਪਰਚਾ ਦਰਜ ਕਰਾਇਆ ਸੀ, ਉਹ ਫਲਕਣ 'ਤੇ ਦਰਜ ਕਰਾਇਆ ਸੀ। ਮਦਰ ਵੱਲੋਂ ਇਹਦੇ 'ਤੇ ਦਰਜ ਕਰਵਾਇਆ ਸੀਗਾ ਜ਼ਮੀਨ ਹੜੱਪਾਂ ਦਾ। ਹਾਂਜੀ ਇਹਨਾਂ ਦਾ ਕਾਫੀ ਜਿਹੜਾ ਹੈਗਾ ਪਰਿਵਾਰਕ ਜਿਹੜਾ ਹੈਗਾ ਡਿਸਪਿਊਟ ਆ, ਉਹਦੇ ਸੰਬੰਧੀ ਹੁਣ ਤਫਤੀਸ਼ ਕਰਕੇ ਜਿਹੜੇ ਤੱਥ ਸਾਹਮਣੇ ਆਉਣਗੇ ਉਹ ਤੁਹਾਡੇ ਨਾਲ ਸ਼ੇਅਰ।